ਬਲਦੇਵ ਸਿੰਘ ਦਾ ਨੋਵਲ ਲਾਲ ਬੱਤੀ ਬਦਨਾਮ ਗਲੀਆਂ ਚ ਸਿਸਕਦੀਆਂ ਜਿੰਦੜੀਆਂ ਦੀ ਦਰਦ ਭਰੀ ਦਾਸਤਾ ਲਾਲ ਬੱਤੀ ਪਹਿਲਾਂ ਦੇਵਕੀ ਮਾਸੀ ਜੀ ਸਵਰ 1 ਸਾਲ ਬਾਅਦ ਕਲਕੱਤੇ ਤੋਂ ਆਪਣੇ ਪਿੰਡ ਆਈ ਹੈ ਇਸ ਛੋਟੇ ਜਿਹੇ ਪਿੰਡ ਵਾਲਿਆਂ ਤੇ ਉਹਦੇ ਨੇੜੇ ਦੀ ਸਾਖ ਸਬੰਧੀਆਂ ਲਈ ਉਹਦਾ ਆਉਣਾ ਬੜੇ ਅਰਥ ਰੱਖਦਾ ਹੈ ਦੇਵਕੀ ਮਾਸੀ ਦਾ ਰਹਿਣ ਉੱਠਣ ਬੈਠਣ ਤੇ ਵਿਹਾਰ ਮਹਾਨਗਰ ਤੋਂ ਦੂਰ ਵਸੇ ਇਸ ਪਿੰਡ ਲਈ ਅਚੰਬੇ ਭਰਿਆ ਹੁੰਦਾ ਹੈ ਪਿੰਡ ਦੀਆਂ ਜ਼ਿਆਦਾ ਔਰਤਾਂ ਤੇ ਲੜਕੀਆਂ ਇੱਕ ਤੋਤੀ ਨਾਲ ਹੀ ਆਪਣਾ ਸਰੀਰ ਢੱਕਦੀਆਂ ਹਨ ਅਕਸਰ ਇਹ ਤੋਤੀਆਂ ਪੂਰੀ ਤਰ੍ਹਾਂ ਨੰਗੇਜ਼ ਵੀ ਨਹੀਂ ਕੱਜਦੀਆਂ ਦੇਵਕੀ ਮਾਸੀ ਬਲਾਊਜ਼ ਪਹਿਂਦੀ ਹੈ ਬਲਾਊਜ਼ ਦੇ ਹੇਠਾਂ ਵੀ ਛੋਟਾ ਬਲਾਊਜ਼ ਪਿੰਡ ਦੀਆਂ ਔਰਤਾਂ ਤੇ ਜਵਾਨ ਲੜਕੀਆਂ ਉਸ ਵੱਲ ਵੇਖ ਵੇਖ ਹੈਰਾਨ ਹੁੰਦੀਆਂ ਰਹਿੰਦੀਆਂ ਤੇ ਫਿਰ ਉਹ ਬਲਾਊਜ਼ ਤੋਂ ਉੱਪਰ ਸਾੜੀ ਵੀ ਪਹਿਨਦੀ ਹੈ ਚੌੜੇ ਬਾਰਡਰ ਤੇ ਵੱਡੇ ਫੁੱਲਾਂ ਵਾਲੀ ਬਲਾਊਜ਼ ਤੋਂ ਬਾਹਰ ਝਾਕਦੀਆਂ ਦੇਵਕੀ ਦੀਆਂ ਛਾਤੀਆਂ ਵੇਖ ਕੇ ਪਿੰਡ ਦੀਆਂ ਔਰਤਾਂ ਸ਼ਰਮ ਮਹਿਸੂਸ ਕਰਦੀਆਂ ਭਾਵੇਂ ਉਹਨਾਂ ਦੀਆਂ ਆਪਣੀਆਂ ਛਾਤੀਆਂ ਵੀ ਠੀਕ ਤਰ੍ਹਾਂ ਸਾੜੀ 'ਚ ਕੱਜੀਆਂ ਨਹੀਂ ਜਾਂਦੀਆਂ। ਦੇਵਕੀ ਮਾਸੀ ਪਿੰਡ ਦੇ ਬਣਾਏ ਪਾਨ ਨਹੀਂ ਖਾਂਦੀ। ਕਲਕੱਤੇ ਤੋਂ ਆਪਣੇ ਨਾਲ ਪਾਨ ਦੀ ਡੱਬੀ ਲੈ ਕੇ ਆਉਂਦੀ ਹੈ। ਪਿੰਡ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਉਹ ਕਿਸ ਤਰ੍ਹਾਂ ਦਾ ਤੇਲ ਲਾਉਂਦੀ ਹੈ ਜਿੱਧਰ ਵੀ ਜਾਂਦੀ ਹੈ ਉਹਦੇ ਆਸ-ਪਾਸ ਮਹਿਕਾਂ ਖਿਲਰ ਜਾਂਦੀ ਹੈ। ਦੁਰਗਾ ਪੂਜਾ ਵੇਲੇ ਦੁਰਗਾ ਦੇਵੀ ਦੀ ਸਜੀ ਸਮਰੀ ਮੂਰਤੀ ਵਾਂਗ ਦੇਖੀ ਲੱਗਦੀ ਹੈ। ਉਸ ਬਾਰੇ ਪਿੰਡ ਦੀਆਂ ਔਰਤਾਂ ਇਹੀ ਕਹਿੰਦੀਆਂ ਹਨ। ਉਸੇ ਪਿੰਡ ਔਨ ਨਾਲ ਇਸွာ ਫੇਰ ਪਿੰਡ ਦੇ ਕੁਝ ਘਰਾਂ 'ਚ ਆਸ ਦੀ ਕਿਰਨ ਚਮਕੀ ਹੈ ਉਹ ਜਦੋਂ ਵੀ ਪਿੰਡ ਆਉਂਦੀ ਹੈ ਪਿੰਡ ਦੀ ਕਿਸੇ ਮੁਟਿਆਰ ਹੋ ਰਹੀ ਲੜਕੀ ਨੂੰ ਆਪਣੇ ਨਾਲ ਲੈ ਜਾਂਦੀ ਹੈ ਪਿੰਡ ਦੇ ਲੋਕਾਂ ਤੇ ਉਹ ਬੜਾ ਉਪਕਾਰ ਕਰ ਰਹੀ ਹੈ ਸਾਰੇ ਇਹੀ ਜਾਣਦੇ ਸਮਝਦੇ ਹਨ ਦੇਵਕੀ ਮਾਸੀ ਵੀ ਭਰੋਸਾ ਦਵਾਉਂਦੀ ਹੈ ਉੱਥੇ ਕਿਸੇ ਰਈਸ ਦੇ ਘਰ ਸਫਾਈ ਲਈ ਨੌਕਰੀ ਦਵਾ ਦੇਣਗੀ ਜਾਂ ਕਿਸੇ ਦਫ਼ਤਰ 'ਚ ਕੰਮ ਦੇਣਗੀ ਦੇਵਕੀ ਪਹਿਲਾਂ ਦੋ ਲੜਕੀਆਂ ਲਾ ਜਾ ਚੁੱਕੀ ਹੈ ਉਹ ਗਾਹੇ ਬਗਾਏ ਆਪਣੇ ਮਾਤਾ ਪਿਤਾ ਨੂੰ ਰੁਪਈਏ ਭੇਜ ਦਿੰਦੀ ਹੈ ਦੇਵਕੀ ਨੇ ਦੱਸ ਰੱਖਿਆ ਕਿ ਉਹਨਾਂ ਦੇ ਵਿਆਹ ਹੋ ਗਏ ਹਨ ਤੇ ਉਹ ਆਪਣੇ ਘਰੀ ਸੁਖੀ ਵਸਦੀਆਂ ਹਨ ਇਸ ਤਰ੍ਹਾਂ ਇਸ ਪਿੰਡ 'ਚ ਦੇਵਕੀ ਦੀ ਬਹੁਤ ਇੱਜ਼ਤ ਹੈ ਇਸ ਵਾਰ ਦੇਵਕੀ ਪਤਾ ਨਹੀਂ ਕਿਹੜੀ ਲੜਕੀ ਨੂੰ ਲੈ ਕੇ ਜਾਵੇ ਪਿੰਡ ਦੇ ਲੋਕ ਆਪਣੀਆਂ ਜਵਾਨ ਹੋਰੀਆਂ ਲੜਕੀਆਂ ਨੂੰ ਦੇਵਕੀ ਨਾਲ ਘੱਲਣ ਲਈ ਬਹਾਨੇ ਲੱਭਦੇ ਰਹਿੰਦੇ ਹਨ ਦੇਵਕੀ ਨਾਲ ਲੜਕੀ ਤੋਰਨ ਦਾ ਮਤਲਬ ਹੈ ਭੁੱਖ ਮਰੀ ਤੇ ਗਰੀਬੀ ਤੋਂ ਛੁਟਕਾਰਾ ਜਿਨ੍ਹਾਂ ਦੀਆਂ ਲੜਕੀਆਂ ਬਾਲਵਰੇਸ ਛੱਡ ਰਹੀਆਂ ਹਨ ਉਹ ਦੇਵਕੀ ਮਾਸੀ ਨੂੰ ਆਪਣੇ ਘਰ ਆਉਣ ਦੀਆਂ ਦਵਤਾਂ ਦਿੰਦੇ ਹਨ ਉਹਨਾਂ ਦੀ ਇੱਛਾ ਹੁੰਦੀ ਹੈ ਦੇਵਕੀ ਉਹਨਾਂ ਦੀ ਲੜਕੀ ਨੂੰ ਇੱਕ ਨਜ਼ਰ ਵੇਖੇ ਇਹਨਾਂ ਦਿਨਾਂ 'ਚ ਇਹ ਲੋਕ ਆਪਣੀਆਂ ਲੜਕੀਆਂ ਨੂੰ ਉਚੇਚੀ ਖੁੱਲ ਦਿੰਦੇ ਹਨ ਪਰ ਦੇਵਕੀ ਪੂਰੀ ਤਹਿਕੀਕਾਤ ਕਰਕੇ ਹੀ ਲੜਕੀ ਪਸੰਦ ਕਰਦੀ ਹੈ ਤੇ ਉਹਦੇ ਮਾਂ ਪਿਓ ਤੋਂ ਵਾਅਦਾ ਲੈਂਦੀ ਹੈ ਉਹ ਕਦੇ ਵੀ ਕਲਕੱਤੇ ਆ ਕੇ ਆਪਣੀ ਲੜਕੀ ਨੂੰ ਨਹੀਂ ਮਿਲਣਗੇ ਲੋੜ ਪਈ ਤਾਂ ਲੜਕੀ ਆਪ ਆ ਕੇ ਮਿਲ ਜਾਏਗੀ ਜਿਸ ਤਰ੍ਹਾਂ ਉਹ ਆਪ ਸਾਲ 6 ਮਹੀਨਿਆਂ ਪਿਛੋਂ ਆਉਂਦੀ ਹੈ ਪੀੜੀਆਂ ਦਰ ਪੀੜੀਆਂ ਤੁਰ ਹੀ ਆਉਂਦੀ ਖਾਨਦਾਨੀ ਭੁੱਖ ਦੇਵਕੀ ਦੀ ਹਰ ਸ਼ਰਤ ਮੰਨ ਲੈਂਦੀ ਹੈ ਹਰ ਕੋਈ ਚਾਹੁੰਦਾ ਉਹਦੀ ਲੜਕੀ ਦੇਵਕੀ ਨਾਲ ਚਲੀ ਜਾਏ ਪਰ ਦੇਵਕੀ ਦੀ ਅੱਖ ਵਿੱਚਲਾ ਕਸਾਈ ਸੂਰਤ ਦੇ ਨਾਲ ਨਾਲ ਲੜਕੀ ਦੇ ਗੋਸ਼ਤ ਨੂੰ ਵੀ ਪਰਖਦਾ ਅਬਦੁਲ ਰਹਿਮਾਨ ਆਪਣੀ ਚੌਂਪੜੀ ਤੋਂ ਥੋੜੀ ਦੂਰ ਨੀਵੀਂ ਥਾਂ ਖੜੇ ਬਰਸਾਤ ਦੇ ਪਾਣੀ ਵਿੱਚੋਂ ਹੱਥਾਂ ਨਾਲ ਹੀ ਮੱਛੀਆਂ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜਾਲ ਦੇ ਧਾਗੇ ਤਾਂ ਪਿਛਲੇ ਸਾਲ ਹੀ ਮੱਛੀਆਂ ਨੂੰ ਬੰਨ ਦੇ ਰੱਖਣ ਤੋਂ ਅਸਮਰਥ ਹੋ ਗਏ ਸਨ ਨਹੀਂ ਤਾਂ ਉਹ ਵੀ ਕਦੇ-ਕਦੇ ਛੋਟੀਆਂ ਨਦੀਆਂ 'ਚ ਜਾਲ ਸੁੱਟਦਾ ਹੁੰਦਾ ਸੀ ਅੱਜ ਜਦੋਂ ਉਹਨੇ ਵੇਖਿਆ ਦੇਵਕੀ ਉਸ ਵੱਲ ਆ ਰਹੀ ਹੈ ਤਾਂ ਉਹਨੇ ਦਲਦਲ ਜਈ 'ਚ ਰੱਖੇ ਸਿਲਵਰ ਦੇ ਪਤੀਲੇ ਨੂੰ ਚੁੱਕਿਆ ਤੇ ਦੇਵਕੀ ਦੇ ਸਵਾਗਤ ਲਈ ਲੱਤਾਂ ਨਾਲੋਂ ਚਿੱਕੜ ਛੰਡਦਾ ਪਗਡੰਡੀ ਵੱਲ ਤੁਰ ਆਇਆ ਮੱਛੀਆਂ ਪਕੜ ਰਿਹਾ ਅਬਦੁੱਲ ਪਾਈ ਦੇਵਕੀ ਨੇ ਪਛਾਣ ਕੇ ਉਹਨੂੰ ਦੂਰੋਂ ਹੀ ਬੁਲਾਇਆ ਕੰਮ ਧੰਦਾ ਕੋਈ ਨਹੀਂ ਸੀ ਬੇਨਜ਼ੀਰ ਆਖਦੀ ਸੀ ਅੱਬਾ 2 ਮਹੀਨੇ ਹੋ ਗਏ ਨੇ ਮੱਛੀ ਪਾਤ ਦਾ ਸਵਾਦ ਨਹੀਂ ਚਖਿਆ ਪੇਠੇ ਤੇ ਘਾਹ ਦਾ ਸਾਗ ਖਾ ਖਾ ਕੇ ਅੱਕ ਗਈ ਐ ਅੱਜ ਦੁਪਹਿਰ ਤੋਂ ਹੀ ਇੱਧਰ ਆਇਆ ਅੱਜ ਅੱਛੀ ਮੱਛੀ ਅੱਜਕੱਲ ਹੈ ਕਿੱਥੇ ਨਦੀ 'ਚ ਫੜਨ ਤੋਂ ठेਕੇਦਾਰਾਂ ਤੋਂ ਡਰ ਲੱਗਦਾ ਹੈ ਬੇਨਜ਼ੀਰ ਦਾ ਸ਼ਾਦੀ ਵਿਆਹ ਕੀਤਾ ਨਹੀਂ ਅਜੇ ਤੱਕ ਦੇਵਕੀ ਹੈਰਾਨ ਹੋਈ ਇੱਥੇ ਕੋਈ ਢੰਗ ਦਾ ਲੜਕਾ ਹੀ ਨਹੀਂ ਬਰਾਦਰੀ 'ਚ ਬੇਨਜ਼ੀਰ ਦਾ ਤਾਂ ਤੈਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੀ ਘਮੰਡੀ ਲੜਕੀ ਹੈ। ਦੇਵਕੀ ਨੂੰ ਯਾਦ ਆਇਆ ਜਦੋਂ ਪਿਛਲੇ ਸਾਲ ਪਿੰਡ ਆਈ ਸੀ ਤਾਂ ਇੱਕ ਨਜ਼ਰ ਬੇਨਜ਼ੀਰ ਨੂੰ ਵੇਖਿਆ ਸੀ। ਮੋਟੀਆਂ ਅੱਖਾਂ, ਤਿੱਖਾ ਨੱਕ, ਰੰਗ ਬਹੁਤਾ ਗੋਰਾ ਤਾਂ ਨਹੀਂ ਸੀ ਪਰ ਉਹਨੂੰ ਸਾਉਂਬਲੀ ਵੀ ਨਹੀਂ ਸੀ ਆਖਿਆ ਜਾ ਸਕਦਾ। ਸਰੀਰ ਭਰ ਰਿਆ ਸੀ ਉਹਨੇ ਅਬਦਲ ਨੂੰ ਕਿਹਾ ਵੀ ਸੀ, "ਅਬਦਲ ਭਾਈ, ਜੇ ਚਾਹੇ ਤਾਂ ਤੇਰੀ ਲੜਕੀ ਨੂੰ ਕਲਕੱਤੇ ਲਿਜਾ ਸਕਦੀਆਂ। ਸਾਫ਼-ਸੁਥਰੀਆਂ ਲੜਕੀਆਂ ਨੂੰ ਰੈਜਸਾਂ ਦੇ ਘਰਾਂ 'ਚ ਛੇਤੀ ਨੌਕਰੀ ਮਿਲ ਸਕਦੀ ਹੈ।" 4-500 ਰੁਪਏ ਮਹੀਨੇ ਦੇ ਕਮਾ ਲਿਆ ਕਰੇਗੀ ਪਰ ਉਦੋਂ ਅਬਦੁੱਲ ਨਹੀਂ ਸੀ ਮੰਨਿਆ ਬੱਚੀ ਹੈ ਖੇਡਣ ਦੇ ਦਿਨਾਂ ਸ਼ਾਇਦ ਇਹੀ ਕਿਹਾ ਸੀ ਅਬਦੁੱਲ ਨੇ ਇਸਵਾਰੂ ਦੀ ਇੱਛਾ ਹੈ ਬੇਨਜ਼ੀਰ ਕਲਕੱਤੇ ਜਾਵੇ ਦੇਵਕੀ ਵਾਂਗ ਉਹ ਵੀ ਬਲਾਊਸ ਤੇ ਸਾੜੀ ਪਹਿਨਿਆ ਕਰੇ ਫਿਰ ਤਾਂ ਅਬਦੁੱਲ ਵੀ ਕਲਕੱਤੇ ਦੇ ਪਾਨ ਦਾ ਸਵਾਦ ਚੱਕ ਸਕਦਾ ਹੈ ਕੀ ਪਤਾ ਕਦੇ ਕਲਕੱਤਾ ਵੇਖਣ ਦਾ ਸੁਭਾਵੀ ਬਣ ਜਾਏ ਤੇ ਮੱਛੀ ਬਾਸਮਤੀ ਚਾਵਲ ਦੇਵਕੀ ਨੂੰ ਅਬਦੁੱਲ ਦੀਆਂ ਅੱਖਾਂ 'ਚ ਸੁਪਨੇ ਦਿਖਾਈ ਦਿਤੇ ਅੱਖਾਂ ਵਿੱਚ ਲਿਆਜੇ ਸੁਪਨੇ ਦੇਵਕੀ ਨੂੰ ਵੇਖਣ ਤੇ ਬੁੱਝਣ ਦੀ ਖੂਬ ਜਾਚ ਆ ਗਈ ਹੈ ਅਬਦੁੱਲ ਪਾਈ ਬੇਨਜ਼ੀਰ ਦੀ ਛਾ ਮੱਛਲੀ ਖਾਣ ਦੀ ਹੈ ਤੂੰ ਚਾਹੇ ਤਉਨੂੰ ਹਰ ਰੋਜ਼ ਮੱਛਲੀ ਮਿਲ ਸਕਦੀ ਹੈ ਫਿਰ ਉੱਥੇ ਕੋਈ ਚੰਗਾ ਭਲਾ ਲੜਕਾ ਵੇਖ ਕੇ ਉਹਦੇ ਵਿਆਹ ਦਾ ਪ੍ਰਬੰਧ ਵੀ ਹੋ ਸਕਦਾ ਹੈ ਦੇਵਕੀ ਨੇ ਅਬਦੁੱਲ ਦੇ ਚਿਹਰੇ ਉੱਪਰ ਲਗਾਤਾਰ ਨਿਗਾਹ ਰੱਖਦੀਆਂ ਕਿਆ ਅੱਜ ਸ਼ਾਮ ਨੂੰ ਘਰ ਆਉਣਾ ਬੇਨਜ਼ੀਰ ਨੂੰ ਮਿਲ ਕੇ ਉਸ ਨਾਲ ਗੱਲ ਕਰ ਲੈਣੀ ਇਸ ਵਾਰ ਮੈਂ ਤੁਸਾਂ ਦੇ ਵਿਚਾਰ ਨਹੀਂ ਫਸਾਂਗਾ ਆਖ ਕੇ ਅਬਦੁਲ ਤੀਜ਼ ਕਦਮੀ ਘਰ ਵੱਲ ਤੁਰ ਪਿਆ ਦੇਵਕੀ ਕੁਝ ਪਲ ਉਤਸ਼ਾਹ ਚਾਏ ਤੁਰੇ ਜਾਂਦੇ ਅਬਦੁਲ ਵੱਲ ਤੱਕਦੀ ਰਹੀ ਚਿਹਰੇ ਤੇ ਅਜੀਬ ਜੀ ਭਾਵਨਾ ਆਈ ਜਿਵੇਂ ਉਹ ਆਪਣੇ ਅੰਦਰਲੇ ਮਨ ਨਾਲ ਉਲਝ ਗਈ ਹੋਵੇ ਉਹਦੀਆਂ ਅੱਖਾਂ ਮੂਰੇ ਵਰਾ ਪਹਿਲਾਂ ਹੀ ਪਹਿਲਾਂ ਦੀ ਮੁਟਿਆਰ ਹੋ ਰਹੀ ਬੇਨਜ਼ੀਰ ਆਖੜੀ ਦੇਵਕੀ ਦੇ ਤੇਰੇ ਤੇ ਮੁਸਕਾਨ ਫੈਲ ਗਈ ਮੱਛੀਆਂ ਖਾਣ ਦੀ ਇੱਛਾ ਰੱਖਦੀ ਐ ਹੁਣ ਤਾਂ ਉਹਦੇ ਅੰਗ ਅੰਗ 'ਚ ਮੱਛਲੀਆਂ ਥੇਰ ਰਹੀਆਂ ਹੋਣਗੀਆਂ ਹੁਣ ਤਾਂ ਹੋਰ ਵੀ ਦਿਲਕਾਸ਼ ਤੇ ਭਰ ਗਈ ਹੋਏਗੀ ਅੱਜ ਉਹਨੂੰ ਵੇਖਾਂ ਤਾਂ ਸਹੀ ਮੱਛਲੀਆਂ ਖਾਣ ਦੀ ਇੱਛਾ ਵਾਲੀ ਦੀਆਂ ਆਪਣੀਆਂ ਮੱਛਲੀਆਂ ਕਿੰਨਾਂ ਹੀ ਕਿੰਨੇ ਕੁ ਮੁੱਲ ਦੀਆਂ ਨੇ ਤੇ ਦੇਵਕੀ ਨੇ ਮਨ ਬਣਾ ਲਿਆ ਅੱਜ ਰਾਤ ਉਹ ਅਬਦਲ ਦੇ ਘਰ ਜਾਏਗੀ ਅੰਗ ਦੂਸਰਾ ਕੱਚੀ ਝੌਂਪੜੀ ਦੇ ਅੰਦਰ ਵੜਨ ਤੋਂ ਪਹਿਲਾਂ ਹੀ ਅਬਦਲ ਨੇ ਜੋਸ਼ ਨਾਲ ਆਵਾਜ਼ ਦਿੱਤੀ ਬਿਨੀ ਉਹ ਵੀ ਨਹੀਂ ਅੱਬਾ ਮੈਂ ਇੱਧਰ ਆਂ ਬੇਨਜ਼ੀਰ ਚੌਂਪੜੀ ਤੋਂ ਦੂਰ ਬਿੱਜੀ ਅਰਬੀ ਦੇ ਪੱਤੇ ਤੋੜ ਰਹੀ ਸੀ ਕੋਈ ਮੱਛੀ ਪਕੜੀ ਅੱਬਾ ਅਰੇ ਇੱਧਰ ਆ ਪਗਲੀ ਤੇਰੇ ਲਈ ਹਰ ਰੋਜ਼ ਮੱਛਲੀ ਖਾਣ ਦਾ ਪ੍ਰਬੰਧ ਕਰਕੇ ਆਇਆ ਬੇਨਜ਼ੀਰ ਨੱਠ ਕੇ ਅੱਬਾ ਵਲਾਈ ਸਿਲਵਰ ਦੇ ਪਤੀਲੇ 'ਚ ਦੋ ਨਿੱਕੀਆਂ ਮੱਛੀਆਂ ਵੇਖ ਕੇ ਉਹਨੇ ਪਿਹੜਾ ਜਿਹਾ ਮੂੰਹ ਬਣਾਇਆ ਆ ਤੇ ਫਿਰ ਅਬਦੁੱਲ ਨੇ ਦੇਵਕੀ ਨਾਲ ਹੋਈ ਸਾਰੀ ਗੱਲਬਾਤ ਬੇਨਜ਼ੀਰ ਨੂੰ ਦੱਸੀ ਝਾਟੋ ਪੋਖਰ ਮਤਲਬ ਛੱਪੜ ਤੇ ਜਾ ਕੇ ਨਹਾਈ ਸਾੜੀ ਵੀ ਦੂਸਰੀ ਬਦਲ ਲਈ ਵਾਲ ਵੀ ਢੰਗ ਦੇ ਬਣਾ ਲਏ ਇੱਕ ਟੁੱਟੇ ਸ਼ੀਸ਼ੇ ਦੇ ਟੁਕੜੇ ਵਿੱਚੋਂ ਦੀ ਘੁਮਾ-ਘੁਮਾ ਕੇ ਚਿਹਰੇ ਨੂੰ ਹਰ ਕੋਣ ਤੋਂ ਪਰਖਿਆ ਤੇ ਦੇਵਕੀ ਮਾਸੀ ਦਾ ਇੰਤਜ਼ਾਰ ਕਰਨ ਲੱਗੀ ਉਹਨੂੰ ਕੰਚਨ ਜੁਤਸ਼ੀ ਤੇ ਰੂਪਾ ਯਾਦ ਆਈਆਂ ਇਹ ਤਿੰਨੇ ਦੇਵਕੀ ਮਾਸੀ ਨਾਲ ਗਈਆਂ ਸਨ ਉਹਨਾਂ ਦੇ ਮਾਤਾ-ਪਿਤਾ ਕਲਕੱਤੇ ਤੋਂ ਆਈਆਂ ਸਾੜੀਆਂ ਤੇ ਤੋਤੀਆਂ ਪਹਿਨਦੇ ਹਨ ਕੰਚਨ ਦੇ ਬਾਬਾ ਪਿਤਾ ਕੋਲ ਤਾਂ ਇੱਕ ਛੋਟਾ ਰੇਡੀਓ ਵੀ ਹੈ ਕਿੰਨੀ ਉੱਚੀ ਆਵਾਜ਼ ਚ ਦੂਸਰਿਆਂ ਨੂੰ ਸੁਣਾਉਂਦਾ ਹੈ ਮੈਂ ਵੀ ਆਪਣੇ ਅੱਬਾ ਨੂੰ ਇੱਕ ਰੇਡੀਓ ਕੱਲਾਂਗੀ ਇਸ ਨਾਲੋਂ ਵੱਡਾ ਵਧੇਰੇ ਉੱਚੀ ਆਵਾਜ਼ ਵਾਲਾ ਜਤਸੀ ਇੱਕ ਵਾਰ ਪਿੰਡ ਆਈ ਸੀ ਬਾਪਰੇ ਬਾਪ ਇੰਨੀ ਸੁੰਦਰ ਲੱਗ ਰਹੀ ਸੀ ਮੱਥੇ ਤੇ ਬਿੰਦੀ ਬੁੱਲਾਂ ਤੇ ਸੁਰਖੀ ਕੰਨਾਂ ਚ ਝੁੰਮਕੇ ਗਲ ਚ ਮੋਤੀਆਂ ਦੀ ਮਾਲਾ ਤੇ ਪੈਰਾਂ ਚ ਸੁਨਹਿਰੀ ਚੱਪਲਾ ਉਹਨੂੰ ਛੋਣ ਲੱਗਿਆਂ ਵੀ ਡਰ ਲੱਗਦਾ ਸੀ ਕਿਤੇ ਮੈਲੀ ਨਾ ਹੋ ਜਾਏ ਪਿੰਡ ਦੀਆਂ ਕਿੰਨੀਆਂ ਔਰਤਾਂ ਤੇ ਲੜਕੀਆਂ ਉਹਨੂੰ ਵੇਖਣ ਆਈਆਂ ਸਨ ਮੱਥੇ 'ਚ ਬਿੰਦੀ ਵੇਖ ਕੇ ਉਹਨੂੰ ਪੁੱਛਿਆ ਸੀ ਵਿਆਹ ਹੋ ਗਿਆ। ਜੁਤਸ਼ੀ ਨੇ ਕਿਹਾ ਸੀ ਜ਼ਰੂਰਤ ਨਹੀਂ। ਭਲਾ ਵਿਆਹ ਦੀ ਜ਼ਰੂਰਤ ਕਿਉਂ ਨਹੀਂ? ਮੈਂ ਤਾਂ ਨਹੀਂ ਇਸ ਤਰ੍ਹਾਂ ਕਰਾਂਗੀ। ਕੋਈ ਢੰਗ ਦਾ ਲੜਕਾ ਸੋਚਦਿਆਂ ਨੂੰ ਸ਼ਰਮ ਆ ਗਈ। ਹੱਤ ਉਹਨੇ ਆਪਣੇ ਆਪ ਨੂੰ ਵਰਜਿਆ। ਪਹਿਲਾਂ ਦੇਵਕੀ ਮਾਸੀ ਨੂੰ ਤਾਂ ਆਉਣ ਦੇ। ਦੇਵਕੀ ਹਨੇਰੇ 'ਚ ਉਹਨਾਂ ਦੇ ਘਰ ਆਈ। ਅਬਦੁੱਲ ਨਾਲ ਕੁਝ ਗੱਲਾਂ ਹੋਈਆਂ। ਬੇਨਜ਼ੀਰ ਦੀ ਮਾਂ ਨੂੰ ਭਰੋਸੇ 'ਚ ਲਿਆ। ਘਰ ਦੇ ਖਰਚ ਲਈ ਦੇਵਕੀ ਨੇ ਕੁਝ ਰੁਪਏ ਉਹਨਾਂ ਨੂੰ ਦਿੱਤੇ। ਅਗਲੇ ਦਿਨ ਮੂੰਹ ਨੇ ਰਈ ਦੇਵਕੀ ਬੇਨਜ਼ੀਰ ਨੂੰ ਲੈ ਕੇ ਨੇੜੇ ਦੇ ਲੋਕਲ ਰੇਲਵੇ ਸਟੇਸ਼ਨ ਉੱਪਰ ਪਹੁੰਚੀ ਤੇ ਕਲਕੱਤੇ ਲਈ ਰਵਾਨਾ ਹੋ ਗਈ ਧੰਨਵਾਦ ਚਲਦਾ